ਦੇਖੋ ਜਿਵੇਂ ਦਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਹਿ ਲਓ ਜਾਂ ਉੱਤਰੀ ਭਾਰਤ ਦੇ ਵਿੱਚ ਕਹਿ ਲਓ ਕਿ ਇਸ ਗੇਮ ਦੇ ਨਾਲ ਜੋ ਆਪਣਾ ਚੱਲ ਰਿਹਾ ਜੋ ਇੰਨਾ ਜ਼ਿਆਦਾ ਸ਼ੋਅ ਨਹੀਂ ਹੋਇਆ ਹੈਗਾ ਉਹ ਹੌਲੀ ਹੌਲੀ ਸਾਡਾ ਵੀ ਇਹ ਚੱਲ ਰਿਹਾ ਕਿ ਅਸੀਂ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਜੇ ਅਸੀਂ ਕੁਛ ਅਚੀਵ ਕਰਦੇ ਹਾਂ ਤਾਂ ਉਹਦੇ ਨਾਲ ਇਹ ਹੋਏਗਾ ਕਿ ਲੋਕਾਂ ਦੇ ਸਾਹਮਣੇ ਅਸੀਂ ਵੀ ਆਵਾਂਗੇ ਤਾਂ ਉਹਨਾਂ ਨੂੰ ਵੀ ਇਸ ਚੀਜ਼ ਦੀ ਮੋਟੀਵੇਸ਼ਨ ਮਿਲੇਗੀ ਕਿ ਪੰਜਾਬ ਦੇ ਵਿੱਚ ਇਹ ਵੀ ਗੇਮ ਹੈਗੀ ਹੈ ਤਾਂ ਅਸੀਂ ਇਹਦੇ ਨਾਲ ਜੁੜਨਾ ਹੈਗਾ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਸੈਂਟਰ ਨਹੀਂ ਸੀ ਹੈਗਾ ਇਸ ਗੇਮ ਦੇ ਨਾਲ ਜੁੜਿਆ ਹੋਇਆ ਸੋ ਪੰਜਾਬ ਦੇ ਵਿੱਚ ਜਦੋਂ ਸੈਂਟਰ ਸ਼ੁਰੂ ਹੋਇਆ ਸਾਡੇ ਗੋ ਸਾਹਿਬ ਨੇ ਜਿਹਦੇ ਵਿੱਚ ਜੁਆਇਨ ਕੀਤਾ ਜਗਰੀਨ ਸਰ ਨੇ ਸੋ ਉਸ ਤੋਂ ਬਾਅਦ ਸਾਡੇ ਮਨ ਦੇ ਵਿੱਚ ਵੀ ਇੱਦਾਂ ਹੋਇਆ ਗਿਆ ਕਿ ਪੰਜਾਬ ਦੇ ਵਿੱਚ ਆ ਗਏ ਅਸੀਂ ਆਪਣੇ ਘਰ ਦੇ ਵਿੱਚ ਆ ਗਏ ਹਾਂ ਅਤੇ ਇੱਥੇ ਅਸੀਂ ਹੋਰ ਵੀ ਵਧੀਆ ਟ੍ਰੇਨਿੰਗ ਕਰਕੇ ਜਿਹੜਾ ਅਸੀਂ ਉੱਪਰ ਜਾ ਸਕਦੇ ਹਾਂ ਏਸ਼ੀਅਨ ਗੇਮ ਦਾਰੀ ਨੇ ਇਹੀ ਸਾਲ ਦੇ ਵਿੱਚ ਉਹਦੇ ਲਈ ਸਾਡੀ ਤਿਆਰੀ ਚੱਲ ਰਹੀ ਸੀ ਪ੍ਰੈਪਰੇਸ਼ਨ ਕਰ ਰਹੇ ਸੀ ਅਸੀਂ ਸਰ ਦੇ ਕੋਲ ਸੋ ਦੂਸਰਾ ਇਹ ਹੈ ਕਿ ਜੇ ਸਾਨੂੰ ਥੋੜ੍ਹਾ ਜਿਹਾ ਹੋਰ ਸਪੋਰਟ ਮਿਲਦਾ ਗਵਰਨਮੈਂਟ ਵੱਲੋਂ ਸੈੱਟ ਹੁੰਦਾ ਤਾਂ ਅਸੀਂ ਓਲੰਪਿਕ ਪੱਧਰ 'ਤੇ ਵੀ ਹੋਰ ਵਧੀਆ ਅਚੀਵ ਕਰ ਸਕਦੇ ਹਾਂ ਸਰਕਾਰਾਂ ਤੋਂ ਵੀ ਉਮੀਦ ਕਰਦੇ ਹਾਂ ਕਿ ਥੋੜ੍ਹਾ ਜਿਹਾ ਇਨਫਰਾਸਟਰਕਚਰ ਜਿਹੜਾ ਹੈ ਜਿੱਥੇ ਸਾਨੂੰ ਗੇਮ ਦੇ ਨਾਲ ਸੰਬੰਧਿਤ ਚੀਜ਼ਾਂ ਦੀ ਲੋੜ ਹੁੰਦੀ ਹੈ ਅਸੀਂ ਸਰਕਾਰ ਤੋਂ ਉਸ ਚੀਜ਼ ਦੀ ਉਮੀਦ ਕਰਦੇ ਹਾਂ ਕਿ ਸਾਨੂੰ ਮਿਲੇ ਕੁਛ ਫਾਈਨੈਂਸ਼ਲੀ ਅਸੀਂ ਉਮੀਦ ਕਰਦੇ ਹਾਂ ਕਿ ਸਪੋਰਟਸਮੈਨ ਨੂੰ ਦਿੱਤਾ ਜਾਵੇ ਉਹ ਚੰਗੇ ਲੈਵਲ 'ਤੇ ਜਾ ਸਕਦਾ ਕੁਛ ਪਲੇਅਰ ਹੈਗੇ ਨੇ ਉਹ ਉਹਨਾਂ ਨੂੰ ਫਾਈਨੈਂਸ਼ੀਅਲ ਨਹੀਂ ਹੁੰਦਾ ਜੋਬ ਵਗੈਰਾ ਲਈ ਜੇ ਉਹਨਾਂ ਦੀ ਮੁਹੱਈਆ ਕਰਵਾਈਆਂ ਜਾਣ ਤਾਂ ਹੋ ਸਕਦਾ ਕਿ ਹੋਰ ਵਧੀਆ ਰਿਜ਼ਲਟ ਇੱਥੋਂ ਜਿਹੜਾ ਅਸੀਂ ਦੇ ਸਕਾਂਗੇ ਰੋਪੜ ਦੇ ਵਿੱਚ ਸਤਲੁਜ ਦਰਿਆ ਦਾ ਇੱਕ ਖੂਬਸੂਰਤ ਕਿਨਾਰਾ ਜੋ ਤੁਸੀਂ ਦੇਖ ਰਹੇ ਹੋ ਇਸ ਖੂਬਸੂਰਤ ਦਰਿਆ ਦੇ ਵਿੱਚ ਕਨੋਇੰਗ ਦੀ ਖੇਡ ਖੇਡੀ ਜਾਂਦੀ ਹੈ ਤੇ ਇਸੇ ਕਨੋਇੰਗ ਦੀ ਖੇਡ ਨੂੰ ਸਤਲੁਜ ਦਰਿਆ ਦੇ ਵਿੱਚੋਂ ਖੇਡ ਕੇ ਚਾਈਨਾ ਦੇ ਵਿੱਚ ਵਰਲਡ ਕੱਪ ਜੋ ਹੋਇਆ ਕਨੋਇੰਗ ਦਾ ਉਸ ਦੇ ਵਿੱਚ ਰੋਪੜ ਦੇ ਖਿਡਾਰੀ ਨੇ ਝੰਡੇ ਗੱਡੇ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ ਪਹਿਲੀ ਵਾਰ ਹੋਇਆ ਇਸ ਕਨੋਇੰਗ ਸੈਂਟਰ ਤੋਂ ਇੱਕ ਖਿਡਾਰੀ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਗਿਆ ਤੇ ਉਸਨੇ ਜਾ ਕੇ ਕਾਂਸੇ ਦਾ ਤਗਮਾ ਜਿੱਤਿਆ ਮੇਰੇ ਨਾਲ ਉਹ ਖਿਡਾਰੀ ਯੁਗਰਾਜ ਸਿੰਘ ਹੈ ਰੋਪੜ ਦੇ ਸਰਕਾਰੀ ਕਾਲਜ ਦੇ ਵਿੱਚ MA ਦੀ ਪੜ੍ਹਾਈ ਕਰ ਰਿਹਾ ਜੁਗਰਾਜ ਸਿੰਘ ਜਿਸ ਨੇ ਇਹ ਤਗਮਾ ਜਿਹੜਾ ਗਲ ਦੇ ਵਿੱਚ ਪਾਇਆ ਹੋਇਆ ਇਹ ਚਾਈਨਾ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੋ ਕਨੋਇੰਗ ਦੀ ਖੇਡ ਦੇ ਕੰਪੀਟੀਸ਼ਨ ਹੋਏ ਨੇ ਉਸ ਦੇ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਗੱਲ ਕਰਦੇ ਹਾਂ ਯੁਗਰਾਜ ਸਿੰਘ ਦੇ ਨਾਲ ਯੁਗਰਾਜ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਭਾਰਤ ਦੇ ਲਈ ਇਹ ਕਾਂਸੇ ਦਾ ਤਗਮਾ ਤੁਸੀਂ ਲੈ ਕੇ ਆਏ ਹੋ ਥੈਂਕ ਯੂ ਸਰ ਕਿੱਦਾਂ ਦਾ ਮਹਿਸੂਸ ਹੋ ਰਿਹਾ ਸਰ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਇੱਕ ਬਹੁਤ ਲੋਕਲ ਜਗ੍ਹਾ ਤੋਂ ਉੱਠ ਕੇ ਅਸੀਂ ਇਸ ਲਈ ਮਿਹਨਤ ਕਰਕੇ ਗਏ ਸੀਗੇ ਅਤੇ ਉੱਥੇ ਤਗਮਾ ਅਚੀਵ ਕਰਕੇ ਆਏ ਹਾਂ ਉਹਦੇ ਲਈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਵਧੀਆ ਫੀਲ ਹੋ ਰਿਹਾ ਜੀ ਅੱਛਾ ਜੇਕਰ ਦੇਖਿਆ ਜਾਵੇ ਤਾਂ ਉੱਤਰੀ ਭਾਰਤ ਦੇ ਵਿੱਚ ਕਨੋਇੰਗ ਦੇ ਕੋਈ ਬਹੁਤਾ ਵੱਡਾ ਆਧਾਰ ਨਹੀਂ ਹੈਗਾ ਕੋਈ ਬਹੁਤੇ ਵੱਡੇ ਲੈਵਲ ਦੇ ਉੱਤੇ ਖੇਡ ਨਹੀਂ ਖੇਡੀ ਜਾਂਦੀ ਕੋਈ ਬਹੁਤੇ ਜ਼ਿਆਦਾ ਸੈਂਟਰ ਨਹੀਂ ਹੈਗੇ ਇਸ ਖੇਡ ਦੇ ਜਾਂ ਬਹੁਤੇ ਜ਼ਿਆਦਾ ਪ੍ਰਬੰਧ ਕਹਿ ਲਈਏ ਨਹੀਂ ਹੈਗੇ ਉਹਦੇ ਬਾਵਜੂਦ ਵੀ ਰੋਪੜ ਦੇ ਵਿੱਚ ਤੁਸੀਂ ਸਤਲੁਜ ਦਰਿਆ ਦੇ ਵਿੱਚ ਪ੍ਰੈਕਟਿਸ ਕਰਨ ਤੋਂ ਬਾਅਦ ਉੱਥੇ ਤੱਕ ਗਏ ਹੋ ਕਿੰਨਾ ਕੁ ਚੁਣੌਤੀਆਂ ਭਰਿਆ ਜਿਹੜਾ ਇਹ ਸਫ਼ਰ ਰਿਹਾ ਸਰ ਦੇਖੋ ਜਿਵੇਂ ਦਾ ਪੰਜਾਬ ਦੇ ਵਿੱਚ ਕਹਿ ਲਓ ਜਾਂ ਉੱਤਰੀ ਭਾਰਤ ਦੇ ਵਿੱਚ ਕਹਿ ਲਓ ਕਿ ਇਸ ਗੇਮ ਦੇ ਨਾਲ ਜੋ ਆਪਣਾ ਚੱਲ ਰਿਹਾ ਜੋ ਇੰਨਾ ਜ਼ਿਆਦਾ ਸ਼ੋਅ ਨਹੀਂ ਹੋਇਆ ਹੈਗਾ ਉਹ ਹੌਲੀ ਹੌਲੀ ਸਾਡਾ ਵੀ ਇਹ ਚੱਲ ਰਿਹਾ ਕਿ ਅਸੀਂ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਜੇ ਅਸੀਂ ਕੁਛ ਅਚੀਵ ਕਰਦੇ ਹਾਂ ਤਾਂ ਉਹਦੇ ਨਾਲ ਇਹ ਹੋਏਗਾ ਕਿ ਲੋਕਾਂ ਦੇ ਸਾਹਮਣੇ ਅਸੀਂ ਵੀ ਆਵਾਂਗੇ ਅਤੇ ਉਹਨਾਂ ਨੂੰ ਵੀ ਇਸ ਚੀਜ਼ ਦੀ ਮੋਟੀਵੇਸ਼ਨ ਮਿਲੇਗੀ ਕਿ ਪੰਜਾਬ ਦੇ ਵਿੱਚ ਇਹ ਵੀ ਗੇਮ ਹੈਗੀ ਹੈ ਤਾਂ ਅਸੀਂ ਇਹਦੇ ਨਾਲ ਜੁੜਨਾ ਹੈਗਾ ਸੋ ਉਹਦੇ ਲਈ ਸਾਡੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਸਪੋਰਟਸ ਡਿਪਾਰਟਮੈਂਟ ਦਾ ਸੈਂਟਰ ਹੈ ਰੂਪਨਗਰ ਦੇ ਵਿੱਚ ਉੱਥੇ ਕੋਚ ਜਗਜੀਵਨ ਸਿੰਘ ਜੀ ਨੇ ਉਹ ਬਹੁਤ ਵਧੀਆ ਇਨਫਰਾਸਟ੍ਰਕਚਰ ਸੈੱਟ ਕਰਕੇ ਦੇ ਰਹੇ ਨੇ ਸਾਡੇ ਵਾਸਤੇ ਕਿ ਜਿਹੜਾ ਅਸੀਂ ਹੋਰ ਲੋਕਾਂ ਨੂੰ ਇੱਥੇ ਜੋੜ ਸਕੀਏ ਅਤੇ ਇਹ ਗੇਮ ਦੇ ਵਿੱਚ ਵੱਧ ਤੋਂ ਵੱਧ ਹੋਰ ਵੀ ਅਚੀਵਮੈਂਟਸ ਪ੍ਰਾਪਤ ਕਰ ਸਕੀਏ ਅਸੀਂ ਲੋਕਲ ਜਦੋਂ ਕਿਸੇ ਦੇ ਨਾਲ ਜੁੜੇ ਹੁੰਦੇ ਹਾਂ ਤਾਂ ਉਹ ਸਿਰਫ ਇੱਕ ਨੋਰਮਲ ਇਨਸਾਨ ਨੂੰ ਦੇਖਦੇ ਨੇ ਜਦੋਂ ਤੁਸੀਂ ਅਚੀਵ ਕਰਕੇ ਆਉਂਦੇ ਹੋ ਤਾਂ ਤੁਸੀਂ ਉਹਨਾਂ ਦੇ ਲਈ ਇੱਕ ਮਾਡਲ ਬਣ ਜਾਂਦੇ ਹੋ ਸੋ ਕਾਫੀ ਅਸਰ ਹੈ ਸਰ ਹੌਲੀ ਹੌਲੀ ਜਿਹੜੇ ਨੇ ਕਿ ਉਹਨਾਂ ਦੇ ਵਿੱਚ ਵੀ ਮਨ ਦੇ ਵਿੱਚ ਰੁਚੀ ਪੈਦਾ ਹੋ ਰਹੀ ਹੈ ਕਿ ਅਸੀਂ ਇਹ ਗੇਮ ਦੇ ਨਾਲ ਜੁੜਨਾ ਹੈ ਅੱਛਾ ਚਾਈਨਾ ਦੇ ਵਿੱਚ ਕਿੱਥੇ ਇਹ ਖੇਡ ਹੋਈ ਤੇ ਕਿੱਦਾਂ ਦਾ ਉੱਥੇ ਮਾਹੌਲ ਸੀਗਾ ਸਰ ਚਾਈਨਾ ਦੇ ਵਿੱਚ ਇਹ ਖੇਡ ਜੀ ਚਾਂਗ ਚਾਈਨਾ ਉੱਥੇ ਹੋਈ ਹੈ ਸੋ ਕਾਫੀ ਵਧੀਆ ਮਾਹੌਲ ਸੀਗਾ ਸੋ ਵਰਲਡ ਲੈਵਲ ਦੇ ਉੱਪਰ ਅਸੀਂ ਕੋਈ ਵੀ ਕੰਪੀਟੀਸ਼ਨ ਖੇਲਣ ਜਾਂਦੇ ਹਾਂ ਤਾਂ ਉੱਥੇ ਮਾਹੌਲ ਤਾਂ ਆਪਣੇ ਆਪ ਹੀ ਸੈੱਟ ਵਧੀਆ ਬਣਿਆ ਹੋਇਆ ਮਿਲਦਾ ਬਾਕੀ ਚਾਈਨਾ ਦੇ ਵਿੱਚ ਇੱਕ ਜਿਹੜਾ ਓਵਰਆਲ ਸਪੋਰਟਸ ਦਾ ਸਿਸਟਮ ਕਹਿ ਲਈਏ ਉਹ ਵੀ ਕਾਫੀ ਉੱਚਾ ਹੈਗਾ ਸੋ ਬਹੁਤ ਵਧੀਆ ਸੀ ਸਰ ਅੱਛਾ ਕਦੇ ਯੁਗਰਾਜ ਨੇ ਜਦੋਂ ਇੱਥੇ ਪ੍ਰੈਕਟਿਸ ਸ਼ੁਰੂ ਕੀਤੀ ਸੀ ਕਨੋਇੰਗ ਦੀ ਇਹ ਸੋਚਿਆ ਸੀ ਵੀ ਅੰਤਰਰਾਸ਼ਟਰੀ ਪੱਧਰ ਤੇ ਪਹੁੰਚ ਜਾਵਾਂਗਾ ਜਾਂ ਟੀਚਾ ਮਿੱਥ ਲਿਆ ਸੀਗਾ ਵੀ ਅੰਤਰਰਾਸ਼ਟਰੀ ਪੱਧਰ ਤੇ ਜਾਣਾ ਹੀ ਜਾਣਾ ਸਰ ਸਟਾਰਟਿੰਗ ਦੀ ਗੱਲ ਕਰੀਏ ਤਾਂ ਅਸੀਂ ਜਦੋਂ ਸਟਾਰਟਿੰਗ ਦੇ ਵਿੱਚ ਗੇਮ ਸ਼ੁਰੂ ਕੀਤੀ ਹੈ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਸੈਂਟਰ ਨਹੀਂ ਸੀ ਹੈਗਾ ਇਸ ਗੇਮ ਦੇ ਨਾਲ ਜੁੜਿਆ ਹੋਇਆ ਸੋ ਪੰਜਾਬ ਦੇ ਵਿੱਚ ਜਦੋਂ ਸੈਂਟਰ ਸ਼ੁਰੂ ਹੋਇਆ
ਸਾਡੇ ਕੋਚ ਸਾਹਿਬ ਨੇ ਜਦੋਂ ਇੱਥੇ ਜੁਆਇਨ ਕੀਤਾ ਜਗਜੀਵਨ ਸਰ ਨੇ, ਸੋ ਉਸ ਤੋਂ ਬਾਅਦ ਸਾਡੇ ਮਨ ਦੇ ਵਿੱਚ ਵੀ ਇੱਦਾਂ ਹੋਇਆ ਕਿ ਅਸੀਂ ਪੰਜਾਬ ਦੇ ਵਿੱਚ ਆ ਗਏ ਹਾਂ, ਅਸੀਂ ਆਪਣੇ ਘਰ ਦੇ ਵਿੱਚ ਆ ਗਏ ਹਾਂ ਅਤੇ ਇੱਥੇ ਅਸੀਂ ਹੋਰ ਵੀ ਵਧੀਆ ਟ੍ਰੇਨਿੰਗ ਕਰਕੇ ਜਿਹੜਾ ਅਸੀਂ ਉੱਪਰ ਜਾ ਸਕਦੇ ਹਾਂ। ਸੋ ਜਿੰਨਾ ਵੀ ਅਸੀਂ ਇੱਥੇ ਅਚੀਵ ਕੀਤਾ ਇਹਦੇ 'ਚ ਪੰਜਾਬ ਸਪੋਰਟ ਡਿਪਾਰਟਮੈਂਟ ਕੋਚ ਜਗਜੀਵਨ ਸਿੰਘ ਜੀ ਨੇ, ਉਹਨਾਂ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਜੋ ਉਹਨਾਂ ਨੇ ਕਰਵਾਇਆ ਸਾਨੂੰ, ਜੋ ਉਹਨਾਂ ਨੇ ਮਿਹਨਤ ਕਰਵਾਈ, ਸੋ ਉਹਦਾ ਇੱਕ ਦਿਨ ਅਸੀਂ ਰਿਜ਼ਲਟ ਲੈ ਕੇ ਆਏ ਹਾਂ ਅਤੇ ਕੁਛ ਅਚੀਵ ਕਰਕੇ ਆਏ ਹਾਂ। ਮੇਰੇ ਨਾਲ ਕੋਚ ਨੇ ਜਗਜੀਵਨ ਸਿੰਘ। ਜਗਜੀਵਨ ਜੀ ਕੀ ਲੱਗਦਾ ਵੀ ਸੈਂਟਰ ਬਹੁਤਾ ਦੇਰ ਨਹੀਂ ਹੋਈ ਸ਼ੁਰੂ ਹੋਏ ਨੂੰ ਹਜੇ, ਅਤੇ ਖਿਡਾਰੀ ਜਿਹੜੇ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਾ ਕੇ ਝੰਡੇ ਗੱਡਣੇ ਸ਼ੁਰੂ ਹੋ ਗਏ ਨੇ, ਕਿੱਦਾਂ ਦਾ ਮਹਿਸੂਸ ਹੋ ਰਿਹਾ ਜਦੋਂ ਇੱਕ ਖਿਡਾਰੀ ਤੁਹਾਡੀ ਨਿਗਰਾਨੀ ਹੇਠ ਖੇਡਿਆ ਹੋਵੇ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਾ ਕੇ ਖੇਡ ਮੈਡਲ ਜਿਹੜਾ ਲੈ ਕੇ ਆਇਆ? ਸਰ ਬਹੁਤ ਵਧੀਆ ਲੱਗ ਰਿਹਾ। ਇਹ ਇੱਕ ਕੋਚ ਦਾ ਸੁਪਨਾ ਹੁੰਦਾ ਕਿ ਮੈਂ ਆਪਣੀ ਟਾਈਮ ਪੀਰੀਅਡ ਦੇ ਵਿੱਚ ਇੱਕ ਅੰਤਰਰਾਸ਼ਟਰੀ ਇੱਕ ਓਲੰਪੀਅਨ ਪੈਦਾ ਕਰਾਂ, ਪਰ ਮੇਰੀ ਇਹ ਬੜੀ ਖੁਸ਼ਕਿਸਮਤੀ ਹੈ, ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਨ੍ਹਾਂ ਨੇ ਸਾਡੇ ਇਸ ਮਿਹਨਤ ਨੂੰ ਫਲ ਲਾਇਆ ਗਾ। ਉਸ ਇਹ 2018 ਦੇ ਵਿੱਚ ਕੈਕਿੰਗ ਨੂੰ ਕੋਚਿੰਗ ਸੈਂਟਰ ਸ਼ੁਰੂ ਕੀਤਾ ਸੀਗਾ ਔਰ 4 ਸਾਲਾਂ ਦੇ ਵਿੱਚ ਸਾਨੂੰ ਇੱਕ ਅੰਤਰਰਾਸ਼ਟਰੀ ਪਲੇਅਰ ਮਿਲਿਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਗੌਰਮੈਂਟ ਦੀ, ਪੰਜਾਬ ਸਪੋਰਟਸ ਡਿਪਾਰਟਮੈਂਟ ਦੀ ਔਰ ਪ੍ਰਸ਼ਾਸਨ ਦੀ ਇੱਦਾਂ ਹੀ ਸਾਨੂੰ ਸਪੋਰਟ ਰਹੀ ਤਾਂ ਅਸੀਂ ਹੋਰ ਵੀ ਕਈ ਅੰਤਰਰਾਸ਼ਟਰੀ ਪਲੇਅਰ ਪੈਦਾ ਕਰਾਂਗੇ ਔਰ ਮਾਣ ਕਰਾਂਗੇ ਕਿ ਇੱਥੋਂ ਕਈ ਓਲੰਪੀਅਨ ਵੀ ਜੇਤੂ ਬਣਨਗੇ। ਕੀ ਲੱਗਦਾ ਵੀ ਜਦੋਂ ਇਸ ਸੈਂਟਰ ਨੂੰ ਚੁਣਿਆ ਗਿਆ, ਦਰਿਆ ਦਾ ਇੱਕ ਕਿਨਾਰਾ ਚੁਣਿਆ ਗਿਆ ਜਿਹੜਾ ਕਿ ਦਰਿਆ ਦਾ ਕਿਨਾਰਾ ਹਜੇ ਤੱਕ ਜਿਹੜੀਆਂ ਸਪੋਰਟਸ ਦੇ ਲਈ ਨਹੀਂ ਵਰਤਿਆ ਜਾ ਰਿਹਾ ਸੀਗਾ, ਉਹਦਾ ਇਲਾਕੇ ਦੇ ਲੋਕਾਂ ਨੂੰ ਜਾਂ ਜਿਹੜੇ ਪਿੰਡਾਂ ਦੇ ਜਿਹੜੇ ਨੌਜਵਾਨ ਨੇ ਜਿਹੜੇ ਹੁਣ ਇਸ ਖੇਡ ਦੇ ਨਾਲ ਜੁੜੇ ਹੋਏ ਨੇ, ਕੀ ਉਹਨਾਂ ਨੇ ਕਦੇ ਸੋਚਿਆ ਸੀ ਵੀ ਕਨੋਇੰਗ ਵਰਗੀ ਖੇਡ ਵੀ ਉਹਨਾਂ ਦੇ ਇਲਾਕੇ ਦੇ ਵਿੱਚ ਹੋ ਸਕਦੀ? ਸਰ ਜਦੋਂ ਇਹ ਸੈਂਟਰ ਅਸੀਂ ਸ਼ੁਰੂ ਕੀਤਾ ਸੀਗਾ ਤਾਂ ਆਸ ਪਾਸ ਦੇ ਪਿੰਡਾਂ ਨੂੰ ਇੱਕ ਦਰਿਆ ਦਾ ਡਰ ਰਹਿੰਦਾ ਮਾਪਿਓ ਨੂੰ ਕਿ ਅਸੀਂ ਪਾਣੀ ਵੱਲ ਨਹੀਂ ਆਪਣੇ ਬੱਚੇ ਭੇਜਣੇ, ਤਾਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਡੋਰ ਟੂ ਡੋਰ ਕੰਪੇਨ ਕਰਕੇ ਬੱਚਿਆਂ ਨੂੰ ਲੈ ਕੇ ਆਏ। ਪਰ ਮਾਣ ਵਾਲੀ ਗੱਲ ਹੈ ਕਿ ਪਿਛਲੇ ਸਮੇਂ 'ਚ ਯੂਥ ਖੇਲੋ ਇੰਡੀਆ ਹੋਈ, ਉਹਦੇ 'ਚ 9 ਕੁੜੀਆਂ ਇਸੇ ਏਰੀਏ ਦੀਆਂ ਗਈਆਂ ਔਰ ਪਹਿਲੀ ਵਾਰ ਯੂਥ ਜਿਹੜੀਆਂ ਗੇਮਾਂ ਦੇ ਵਿੱਚ ਭਾਗ ਲਿਆ ਔਰ 6th ਔਰ 4th ਪੋਜੀਸ਼ਨ ਪ੍ਰਾਪਤ ਕੀਤੀ ਔਰ ਨੈਸ਼ਨਲ ਦੇ ਵਿੱਚੋਂ ਸਾਡੇ ਕਈ ਮੈਡਲ ਨੇ ਇਸੇ ਸਾਲ ਦੇ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਹੋਰ ਵੀ ਬੱਚੇ ਚੰਗਾ ਟੈਲੈਂਟ ਹੈ ਉਹ ਇਸ ਸਪੋਰਟਸ ਨਾਲ ਜੁੜਨ ਔਰ ਆਪਣਾ ਜਿਹੜਾ ਭਵਿੱਖ ਉਹ ਚੰਗਾ ਬਣਾਉਣ। ਬਿਲਕੁਲ, ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਚੱਲ ਰਹੀ ਰੋਪੜ ਦੇ ਵਿੱਚ ਇੱਕ ਕਨੋਇੰਗ ਅਕੈਡਮੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਖਿਡਾਰੀ ਨੇ ਕਨੋਇੰਗ ਦੀ ਪ੍ਰੈਕਟਿਸ ਕਰ ਰਹੇ ਨੇ ਤੇ ਜਿੱਤ ਦੇ ਝੰਡੇ ਵੀ ਜਿਹੜੇ ਗੱਡ ਰਹੇ ਨੇ। ਬੜੇ ਵੱਡੇ ਪੱਧਰ ਦੇ ਉੱਤੇ ਇੱਥੇ ਖਿਡਾਰੀਆਂ ਨੇ ਮੈਡਲ ਹਾਸਲ ਕੀਤੇ ਨੇ ਤੇ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਇਸ ਅਕੈਡਮੀ ਦੇ ਖੇਡੇ ਹੋਏ ਖਿਡਾਰੀ ਯੁਗਰਾਜ ਸਿੰਘ ਨੇ ਜ਼ੋਹਰ ਦਿਖਾਏ ਨੇ ਤੇ ਅਗਲਾ ਟੀਚਾ ਵੀ ਏਸ਼ੀਅਨ ਖੇਡਾਂ ਦਾ ਚੁਣਿਆ ਤੇ ਉਸ ਤੋਂ ਬਾਅਦ ਓਲੰਪਿਕ ਦੇ ਵਿੱਚ ਜਾਣ ਦੀ ਵੀ ਤਿਆਰੀ ਯੁਗਰਾਜ ਕਰ ਰਹੇ ਨੇ। ਪਰ ਕਿਤੇ ਨਾ ਕਿਤੇ ਜ਼ਰੂਰਤ ਜਿਹੜੀ ਹੈ ਸਰਕਾਰਾਂ ਵੱਲੋਂ ਇਸ ਵੱਲ ਧਿਆਨ ਦੇਣ ਦੀ ਹੈ, ਇੱਥੇ ਸੈਂਟਰ ਦੇ ਵਿੱਚ ਜੋ ਕਮੀਆਂ ਨੇ ਉਸ ਨੂੰ ਦੂਰ ਕਰਨ ਦੀ ਹੈ। ਕੈਮਰਾਮੈਨ ਸਰਬਜੀਤ ਸਿੰਘ ਦੇ ਨਾਲ ਜਗਜੀਤ ਜੱਗੀ, PTC ਨਿਊਜ਼, ਰੋਪੜ।